ਜਿਵੇਂ ਸੁਨਿਆਰਾ ਕੋਈ ਠੱਕ ਠੱਕ ਕਰਕੇ ਉਹ ਆਪਣੀ ਕਾਰੀਗਰੀ ਘੜਦਾ ਹੈ ਨਾ ਕਿ ਤੁਸੀਂ ਸਾਹਿਤ ਦੇ ਖੇਤਰ 'ਚ ਕਿਸ ਤਰ੍ਹਾਂ ਆਏ ਕਿ ਅਸੀਂ ਜਿਹੜੀਆਂ ਬੇਟੀਆਂ ਕੁੱਖ ਵਿੱਚ ਮਾਰੀਆਂ ਜਾਂਦੀਆਂ ਕੋਈ ਦਵਾਈਆਂ ਦੀ ਬਿਲਕੁਲ ਲੋੜ ਨਹੀਂ ਹੈ ਸਿੰਪਲ ਪਰਹੇਜ਼ ਕਰੋ ਅਤੇ ਇੱਕ ਅੱਜ ਕੱਲ੍ਹ ਚੱਲ ਰਹੀ ਹੈ ਮੋਂਕੀ ਪੌਕਸ ਦੀ ਜਿਹੜੀ ਆ ਰਹੀ ਹੈ ਇਹ ਕੀ ਕਹਿੰਦੇ ਬਹੁਤ ਡੇਂਜਰਸ ਹੈ ਜੀ ਆਹ ਸੋਚ ਦੀ ਸ਼ਕਤੀ ਮੈਗਜ਼ੀਨ ਅਤੇ ਯੂਟਿਊਬ ਚੈਨਲ 'ਤੇ ਹਰ ਵਾਰ ਆਪ ਜੀ ਨਾਲ ਕੋਈ ਨਾ ਕੋਈ ਸ਼ਖਸੀਅਤ ਰੂਬਰੂ ਕਰਾਉਂਦੇ ਹਾਂ ਇਸ ਵਾਰ ਪਟਿਆਲੇ ਦੇ ਮਸ਼ਹੂਰ ਡਾਕਟਰ ਬੱਚਿਆਂ ਦੇ ਡਾਕਟਰ ਜਿਨ੍ਹਾਂ ਨੇ ਆਪਣਾ ਪਟਿਆਲੇ 'ਚ ਨਹੀਂ ਪਟਿਆਲੇ ਦੀ ਪੰਜਾਬ 'ਚ ਨਹੀਂ ਪੰਜਾਬ ਤੋਂ ਕੀ ਇੰਟਰਨੈਸ਼ਨਲ 'ਤੇ ਆਪਣਾ ਨਾਂ ਕਮਾਇਆ ਮੇਰੀ ਮੁਰਾਦ ਮੈਡਮ ਡਾਕਟਰ ਹਰਸ਼ਿੰਦਰ ਕੌਰ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਦੇ ਤੌਰ 'ਤੇ ਇਹਨਾਂ ਕੋਲ ਅਸੀਂ ਪੁੱਛਣਾ ਕੁਛ ਕਿ ਜੋ ਅੱਜ ਕੱਲ੍ਹ ਚੱਲ ਰਿਹਾ ਪਲੱਸ ਇੱਕ ਤੁਹਾਨੂੰ ਹੋਰ ਦੱਸੀ ਹੈ ਕਿ ਡਾਕਟਰ ਸਾਹਿਬ ਦੇ ਨਾਲ ਨਾਲ ਇਹਨਾਂ ਨੂੰ ਇੱਕ ਸਾਹਿਤ ਦਾ ਬੜਾ ਸ਼ੌਂਕ ਹੈ ਸੋ ਅੱਜ ਸਾਰੇ ਇਹਨਾਂ ਨਾਲ ਗੱਲਾਂ ਕਰਾਂਗੇ ਪੁੱਛਦੇ ਇਹਨਾਂ ਨੂੰ ਇਹਨਾਂ ਦੇ ਜੀਵਨ ਬਾਰੇ ਇਹਨਾਂ ਦੀ ਜੀਵਨੀ ਬਾਰੇ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਤੁਸੀਂ ਤੁਹਾਡਾ ਜੰਮ ਪਲ ਕਿੱਥੇ ਸੀ ਮੈਂ ਪਟਿਆਲੇ ਦੀ ਹੀ ਜੰਮੀ ਹੋਈ ਹਾਂ ਕਿਉਂਕਿ ਕਿਸਦਾ ਦੇਖੋ ਤੁਹਾਡਾ ਜੋ ਤੁਹਾਡੇ ਫਾਦਰ ਦਾ ਨਾਮ ਸੀ ਸਭ ਜਾਣਦੇ ਨੇ ਉਹਨਾਂ ਨੂੰ ਲੇਕਿਨ ਤੁਸੀਂ ਸਾਹਿਤ ਦੇ ਖੇਤਰ 'ਚ ਕਿਸ ਤਰ੍ਹਾਂ ਆਏ ਸੀ ਲੰਮੀ ਕਹਾਣੀ ਹੈ ਮੈਂ ਦਰਅਸਲ ਅੱਤ ਦੀ ਗਰੀਬੀ ਦੇਖੀਏ ਘਰ ਦੇ ਵਿੱਚ ਸੋ ਪਾਪਾ ਜੀ ਜਿਸ ਤਰੀਕੇ ਸਾਡੇ ਗੁਜ਼ਾਰਾ ਹੁੰਦਾ ਸੀ ਕਿਉਂਕਿ ਇਕੱਲੇ ਕਮਾਉਣ ਵਾਲੇ ਸਨ ਅਤੇ ਸਾਰੇ ਭੈਣ ਭਰਾ ਸਭ ਪੜ੍ਹਦੇ ਸਨ ਸੋ ਮੈਂ ਬਾਕੀਆਂ ਤੋਂ ਕਾਫੀ ਵਕਫੇ ਨਾਲ ਹੋਈ ਸੋ ਇਸ ਕਾਰਨ ਮਤਲਬ ਮੇਰੀ ਵੱਡੀ ਭੈਣ ਦਾ ਅਤੇ ਮੇਰਾ ਲਗਭਗ 20 ਸਾਲ ਦਾ ਜਿਵੇਂ ਫਰਕ ਹੈ ਤਾਂ ਇਸ ਕਾਰਨ ਜੋ ਮੈਂ ਉਹਨਾਂ ਦੇ ਨੇੜੇ ਰਹਿ ਕੇ ਦੇਖਿਆ ਸੀ ਕਿ ਕਈ ਵਾਰ ਇਹੋ ਜਿਹਾ ਹਾਲ ਵੀ ਹੁੰਦਾ ਸੀ ਕਿ ਤਨਖਾਹ ਆਪਣੀ ਸਾਰੀ ਕਿਸੇ ਲੋੜਵੰਦ ਆਪਣੇ ਵਿਦਿਆਰਥੀ ਦੀ ਫੀਸ ਲਈ ਭਰਾ ਦਿੰਦੇ ਸਨ ਅਤੇ ਰਾਤ ਦੀ ਰੋਟੀ ਦਾ ਜੁਗਾੜ ਵੀ ਕਈ ਵਾਰ ਔਖਾ ਹੁੰਦਾ ਸੀ ਕਿ ਹੁਣ ਰਾਤ ਦੇ ਸਟੋਵ ਦੇ ਬਾਲਣ ਲਈ ਵੀ ਤੇਲ ਹੈ ਨਹੀਂ ਅਤੇ ਕਿਵੇਂ ਅਸੀਂ ਰੋਟੀ ਬਣਾਵਾਂਗੇ ਯਾਨੀ ਇਹ ਹਾਲ ਦੇਖਦਿਆਂ ਮੈਂ ਤਾਂ ਪੱਕਾ ਕਿਨਾਰਾ ਕਰੀ ਬੈਠੀ ਸੀ ਕਿ ਹੋਰ ਕੁਝ ਵੀ ਭਾਵੇਂ ਕਰ ਲਓ ਪਰ ਮੈਂ ਨਾ ਪੰਜਾਬੀ ਜ਼ਬਾਨ ਬਾਰੇ ਕੁਝ ਕਰਨਾ ਅਤੇ ਨਾ ਮੈਂ ਕੁਝ ਲਿਖਣ ਦਾ ਕੰਮ ਕਦੇ ਵੀ ਜਾਰੀ ਰੱਖਣਾ ਸੋ ਇਸ ਤਰ੍ਹਾਂ ਮੈਂ ਡਾਕਟਰੀ ਪੜ੍ਹਾਈ ਵੀ ਪੂਰੀ ਕਰ ਚੁੱਕੀ ਹੋਈ ਸਾਂ ਅਤੇ ਇੱਕ ਵਾਰ ਵੈਸੇ ਸ਼ੁਰੂ ਤੋਂ ਮੈਨੂੰ ਕੁਝ ਨਾ ਕੁਝ ਜਿਵੇਂ ਲਿਖਣ ਦਾ ਮਾੜਾ ਮੋਟਾ ਕਵਿਤਾ ਦਾ ਸ਼ੌਕ ਸੀ ਪਰ ਕੋਈ ਇੰਨਾ ਨਿੱਠ ਕੇ ਨਹੀਂ ਸੀ ਲਿਖਿਆ ਸੋ ਇਸ ਇੱਕ ਵਾਰ ਇੰਜ ਜਿਵੇਂ ਤੁਸੀਂ ਇੰਟਰਵਿਊ ਲੈਣ ਆਏ ਇਸੇ ਤਰ੍ਹਾਂ ਹੀ ਕੋਈ ਇੰਗਲਿਸ਼ ਟ੍ਰਿਬਿਊਨ ਤੋਂ ਸਨ ਇੰਗਲਿਸ਼ ਅਖਬਾਰ ਤੋਂ ਇੰਟਰਵਿਊ ਲੈਣ ਲਈ ਬੈਠੇ ਸਨ ਪਾਪਾ ਜੀ ਕੋਲ ਅਤੇ ਮੈਂ ਹੋਸਪਿਟਲ ਤੋਂ ਡਿਊਟੀ ਕਰਕੇ ਜਦੋਂ ਵਾਪਸ ਆਈ ਤਾਂ ਉਹ ਸਵਾਲ ਪੁੱਛ ਰਹੇ ਸਨ ਕਿ ਤੁਸੀਂ ਸਾਬਤ ਕਰ ਦਿੱਤਾ ਕਿ ਬੋਰਡ ਦੇ ਥੱਲੇ ਕਦੇ ਕੋਈ ਹੋਰ ਨਹੀਂ ਉੱਗ ਸਕਦਾ ਬੂਟਾ ਸੋ ਤੁਸੀਂ ਉਸ ਤਰ੍ਹਾਂ ਦੇ ਯਾਨੀ ਘਰ 'ਚ ਰੱਖਿਆ ਵੀ ਤੁਹਾਡੇ ਵਿਦਿਆਰਥੀ ਦਲੀਪ ਕੌਰ ਟਿਵਾਣਾ ਵਰਗੇ ਜਾਂ ਬਲਰਾਜ ਸਾਹਨੀ ਜਾਂ ਇਹੋ ਜਿਹੇ ਲੈਵਲ ਤੋਂ ਅਤੇ ਤੁਸੀਂ ਆਪ ਥੱਲੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਹੀਂ ਲਿਖਣ ਵਾਲਾ ਹੋਇਆ ਸੋ ਉਹ ਮੇਰੇ ਵੱਲ ਇਸ਼ਾਰਾ ਜਿਹਾ ਕਰਕੇ ਕਹਿਣ ਲੱਗੇ ਹਾਂ ਦਾ ਅਤੇ ਮੈਂ ਜਿਵੇਂ ਪੰਜਾਬੀਆਂ ਦਾ ਸੁਭਾਅ ਹੁੰਦਾ ਤੱਤੇ ਤੱਤੇ ਕਿ ਜਵਾਬ ਹੀ ਦੇਣਾ ਆਪਾਂ ਨੂੰ ਕੀ ਫਰਕ ਪੈਣਾ ਅਤੇ ਮੈਂ ਕਿਹਾ ਲੈ ਇਹਦੇ 'ਚ ਕੀ ਔਖੀ ਗੱਲ ਲਿਖਣਾ ਪੰਜਾਬੀ 'ਚ ਕੀ ਕਿੰਨਾ ਕੁ ਔਖਾ ਜਦ ਬੋਲ ਲੈਂਦੇ ਉਹੀ ਕੁਛ ਹੀ ਲਿਖਣਾ ਹੁੰਦਾ ਤਾਂ ਕੋਈ ਔਖੀ ਗੱਲ ਨਹੀਂ ਹੁਣ ਤੁਸੀਂ ਤਾਂ ਆਪ ਪੱਤਰਕਾਰੀ 'ਚ ਉਹ ਸੌਖਿਆਂ ਤਾਂ ਜਾਣ ਨਹੀਂ ਨਾ ਦਿੰਦੇ ਉਹਨਾਂ ਨੇ ਵੀ ਅੱਗੋਂ ਕਿਹਾ ਅੱਛਾ ਫਿਰ ਕੀ ਲਿਖਣਾ ਚਾਹੋਗੇ ਅਤੇ ਹੁਣ ਜ਼ਾਹਰ ਹੈ ਜਿਹੜਾ ਇਹਨੇ ਸ਼ੁਰੂ ਕਰਨਾ ਉਹ ਕੋਈ ਬੋਰਡ ਥੋੜ੍ਹੇ ਬਣਿਆ ਜਾਂਦਾ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਜੋ ਵੀ ਮਰਜ਼ੀ ਲਿਖ ਸਕਦੇ ਇਹਦੇ 'ਚ ਕੀ ਔਖਾ ਮੈਂ ਕਵਿਤਾ ਪਹਿਲਾਂ ਲਿਖੀ ਸੀ ਹੁਣ ਕਹਾਣੀ ਲਿਖ ਦਿਆਂਗੇ ਬੱਚਿਆਂ ਲਈ ਇੰਨੀ ਕੁ ਕਿੱਡੀ ਕੁ ਔਖੀ ਗੱਲ ਨਹੀਂ ਹੈ ਕੋਈ ਚਲੋ ਜੀ ਇੰਟਰਵਿਊ ਤਾਂ ਹੋਈ ਮੁੱਕ ਗਈ ਮੈਨੂੰ ਅਗਲੇ ਦਿਨ ਪਾਪਾ ਜੀ ਨੇ ਕਿਹਾ ਅੱਛਾ ਫਿਰ ਤੂੰ ਕਹਾਣੀ ਸ਼ੁਰੂ ਕੀਤੀ ਮੈਂ ਗੱਲ ਆਈ ਗਈ ਕਰ ਦਿੱਤੀ ਕਿ ਇਹ ਥੋੜ੍ਹਾ ਮੈਂ ਕਰਨਾ 2 ਦਿਨ 4 ਦਿਨ ਉੱਤੇ ਰੋਜ਼ ਜਦੋਂ ਮੈਨੂੰ ਪੁੱਛਣ ਲੱਗੇ ਕਿ ਤੂੰ ਕਿਹਾ ਸੀ ਇਸ ਤਰ੍ਹਾਂ ਤਾਂ ਨਹੀਂ ਤੂੰ ਫਿਰ ਹੁਣ ਜੇ ਤੂੰ ਬੋਲ ਹੀ ਦਿੱਤਾ ਤਾਂ ਲਿਖ ਫਿਰ ਉਹ ਲਿਖਣ ਲਈ ਮੈਨੂੰ ਅਖੀਰ ਇੱਕ ਦਿਨ ਮੈਂ ਟਾਈਮ ਲਾਇਆ ਥੋੜ੍ਹਾ ਜਿਹਾ ਅਣਮਣੇ ਜੇ ਨਾਲ ਲਿਖੇ 4-5 ਪੇਜ 'ਤੇ ਦੇ ਦਿੱਤੇ ਕਿ ਆ ਲਓ ਜੀ ਲਿਖ ਲਿਆ ਤੁਸੀਂ ਯਕੀਨ ਨਹੀਂ ਮੰਨਣਾ ਕਿ ਜਿਵੇਂ ਆਪਾਂ ਬੈਠੇ ਹਾਂ ਉਹਨਾਂ ਨੇ ਇਸ ਤਰ੍ਹਾਂ ਜਿਹਾ ਵਰਤਿਆ ਅਤੇ ਇੰਜ ਕਰਕੇ ਪਰੇ ਸੁੱਟ ਦਿੱਤਾ ਮੈਂ ਕਿਹਾ ਤੁਸੀਂ ਪੜ੍ਹਿਆ ਤਾਂ ਹੈ ਹੀ ਨਹੀਂ ਇਸ ਤਰ੍ਹਾਂ ਕਿਵੇਂ ਯਾਨੀ ਕੀਤਾ ਅਤੇ ਕਹਿਣ ਲੱਗੇ
तेरी लिखत इंज है जिवें मझ चिक्कड़ चिपल सेटे लैंदी। बड़ी बेइज्जती महसूस हुई कि मैं जी टॉपर विच्चों उधरों निकले हुए असी यह की गल हुई, इन्नी ज़्यादा बेइज्जती। मैं तो कदे भी नहीं लिखना, हुण भी इन्ना माड़ा लिखदी हाँ। तो उन्हां दा एक ढंग या तरीका कह लो, मैं गिणदी हाँ कि जिवें सुनियारा कोई ठक ठक करके वो अपनी कारीगरी घड़दा है ना, यकीनन मेरे ते तां इंज ही जिवें वो लुहार दी पहली ठा सी। पर उस तो बाद मैं दूजी बार फिर लिख के लैके गई, फिर इस तरह सुट्टिया गया, तीजी चौथी खोरे 10-12 बार लिखिया होना। पर मैं उस तो पहला कदे लिखिया ही नहीं सी। सो मेरी हर लिखत इस तरह जाती रही कि कुछ ठीक है, 2% हो गया, 6%, 8%, जिवें जिद जी हो जाती है। मैंने होया भी हद ही हो गई, एक कहानी भी लिखण जोगे नहीं। सो बड़ी मेहनत करके एक दिन मैं 10-15 दिन ला के पूरा लिख के लैके गई, कहन लगे अज कुछ ठीक लगता जी। हुण मैं उस तो अगली गल ये सुनाना चाहनी हाँ, मैनू कहन लगे चुक ते जा अपने बच्चों कोल बह के ना हुण यही कहानी उन्होंने सुना, ते जेडे अक्खर थले वो तैनू लगे भी सिर इंज या इंज घुमा रहे ने ना, उन्होंने अंडरलाइन कर ली कि ये बदलण वाला है, बच्चे नू अपनी कहानी च नहीं ठीक लग रहा। मैनू याद है कि जिन्ना कि मैं उस दिन झिड़किया होना अपने बच्चों नू, शायद जिंदगी भर नहीं किया होना, क्योंकि मैं कहानी लई दोनों बच्चे अपने सामने बिठा ले। बेटा मेरा शायद 2.5-3 वरिया का होएगा, तो वो 5.5 साल से वह फर्क बेटी का उन्ना, वो हूँ बैठे मैं कहानी सुनावा, तो वो कदे मेरा बेटा इधर देख लवे, तो कदे एक बार मेरी बेटी दूजे पासे नू मुँह घुमा लवे। तो मैं अंडरलाइन करते करते देखिया कि ये तो पौनी कहानी तो मेरी फिर अंडरलाइन है, झिड़का इधर सुनो सिर क्यों हिलाते हो। यानी तुसी मन्नोगे नहीं कि मेरा ख्याल है खरे साल ही लग्या होना जो पहली बार मेरी कहानी उन्होंने कहा कि मैं दौड़ती, खरे सच्ची मुची जिवें ना हवा च उड़ते जाइए। अज मैं पूरी कहानी दोबारा सुनाई है, तो उन्होंने बिल्कुल सिर नहीं सज्जे खब्बे किया, उन्होंने सारी कहानी सुनी। हुण मतलब मैनू सी कि मैं अचीव कर चुकी हाँ सारा कुछ जो लिखण वाले लिए हुंदा। कहन लगे तो फिर तू अपने तेरे ही बच्चे ट्रेन हो गए होने सुन सुन के, हुण इहनू अखबार च भेज दे। जिस दिन छप गई फिर मेरे को आई, मैं कहा जी ये तो मैं कदे कीता ही नहीं कम, तो तुहानू तो सारे जानते हैं, तुसी किसी नू फोन कर दो मैं भेज दिनी हाँ। कहिंदे इस तरह की पौड़ी चढ़न लई मैं अपने बच्चे नहीं बनाने, पौड़ी तो तैनू आप ही चढ़नी पैनी है। मैनू ना पता लगे कि किते भी तेरी लिखत गई तो मेरे नाँ का जिक्र होया हो। हुण उन्होंने सारे अखबार वाले सारे जानते सन, पर मेरे लिए मुसीबत सी कि मैं 8 महीने लगातार भेजी गई किते भी मेरी कहानी नहीं छपी। अखीर एक पहली लिखत पंजाबी ट्रिब्यून विच छपी। तुसी सोच सकते हो कि मैं उस दिन किस तरीके गई होवांगी उड़दी भी, पापा जी आ देखो हुण तुहाडा बिल्कुल ना नहीं वरत्या, मेरी कहानी छप भी गई जी। हुण देखो मैं जो तुहानू सुनियारे दी ठुक ठुक कह रही हाँ, मैनू लै के अंदर स्टोर च चले गए, कहिंदे आ जा। हुण कहिण लगे ए अंदर 2 ट्रंक देखदी हाँ। मैं कहा हाँ जी। कहिंदे इन्हां दे तैनूं राज़ दसांगा, पर पहलां ये ख्याल रखी कि ये लिखत किसी ने पढ़ी या नहीं पढ़ी, इंजी रद्दी च गई तैनूं की पता लगे। सो जदों तेरी लिखत ते कोई अनजाण बंदा तैनूं चिट्ठी लिख देगा ना, वो समझी तेरी लिखत प्रवानत है जी। चलो जी होर लगे होने 4 महीने कोई एक चिट्ठी भी आ गई, हुण मैनूं सी भी अज तां मैं हुण संपूर्ण हो गया, सारा कम मैनूं आ गया, मैं बड़ी तगड़ी लिखारी बन गई। लै गए तो अंदर कहिंदे तैनूं मैं क्या सी राज़ दिखाणा, मैनूं लग्या भी बहुत कुछ कम कीमती चीज़ां होणियां ट्रंक च। मेरे सामने ताले खोले उन्होंने, तो खोल के दिखाया, कहिंदे आ दिखदा। मैं कहां तो कागज़ां दे भरे हुए ने, कहिंदे 2 ट्रंक भरे ने चिट्ठियां दे जिहड़ियां मेरियां लिखतां ते आईयां सी। बीबा जदों हुण ये ट्रंकां तो वध तैनूं चिट्ठियां आउणगियां ना, फिर साबित होएगा कि तू मेरी धी अखवाउण जोगी हो गई। यानी अज नहीं रहे मेरे कोल खरे उस तो किन्नियां वध हो गईयां होणियां ने, यानी मैं धी होण दा हक दा कर दिता। पर कहण दा भाव अज कल दे जो लिखदे ने
ਉਹਨਾਂ ਨੂੰ ਜਾਪਦਾ ਵੀ ਸੁੱਤੇ ਉੱਠੇ ਕੁਛ ਵੀ ਝਰੀਟ ਦਿੱਤਾ ਅਤੇ ਅਸੀਂ ਬੜੇ ਲਿਖਾਰੀ ਬਣ ਗਏ ਹਾਂ। ਪਰ ਚੰਗਾ ਵਾਹ ਭਲਾ ਉਹਨਾਂ ਨੂੰ ਵੀ ਮੁਬਾਰਕ। ਪਰ ਵਾਕਈ ਜੇ ਇਸ ਤਰੀਕੇ ਅਸੀਂ ਘੜ ਕੇ ਸਾਰੇ ਤਿਆਰ ਕਰੀਏ ਬਹੁਤ ਵਾਕਈ ਆਲਾ ਕਿਸਮ ਦਾ ਸਾਡੇ ਕੋਲ ਸਾਹਿਤ ਹੋ ਸਕਦਾ। ਹੁਣ ਤਾਂ ਡਾਕਟਰ ਸਾਹਿਬ ਕਿੰਨੀਆਂ ਬੁੱਕਸ ਤੁਸੀਂ ਛਪੀਆਂ ਤੁਹਾਡੀਆਂ? 44 ਇਹ ਸਾਰੀ ਪੰਜਾਬੀ 'ਚ ਨੇ ਜਾਂ ਹਿੰਦੀ ਇੰਗਲਿਸ਼ 'ਚ ਵੀ ਕੁਛ ਹੈ? ਨਹੀਂ, ਪੰਜਾਬੀ 'ਚ ਵੀ ਨੇ, ਕੁਛ ਹੈਗੀਆਂ ਨੇ ਇਹਦੇ 'ਚ ਇੰਗਲਿਸ਼ 'ਚ ਨੇ, ਹਿੰਦੀ 'ਚ ਵੀ ਨੇ, ਕੁਝ ਟਰਾਂਸਲੇਟ ਕੀਤੀਆਂ ਗਈਆਂ ਸੀ ਭਾਰਤ ਸਰਕਾਰ ਵੱਲੋਂ, ਤਾਮਿਲ 'ਚ ਵੀ ਨੇ ਅਤੇ ਕੁਝ ਮੇਰੀਆਂ ਉਰਦੂ ਵਿੱਚ ਵੀ ਨੇ ਜਿਹੜੀਆਂ ਉੱਥੇ ਪਾਕਿਸਤਾਨ 'ਚ ਰਿਲੀਜ਼ ਹੋਈ, ਜਿਨ੍ਹਾਂ 'ਤੇ ਮੈਨੂੰ ਉਹਨਾਂ ਨੇ ਉੱਥੋਂ ਦਾ ਵੀ ਜਿਹੜਾ ਲਿਟਰੇਚਰ ਦਾ ਟੌਪ ਮੋਸਟ ਅਵਾਰਡ ਉੱਥੋਂ ਵੀ ਮੈਨੂੰ ਹਾਸਲ ਹੋਇਆ ਸੀ। ਵੈਰੀ ਗੁੱਡ। ਅਵਾਰਡ ਤੋਂ ਗੱਲ ਚੱਲੀ ਡਾਕਟਰ ਸਾਹਿਬ, ਅਵਾਰਡ ਤਾਂ ਅਸੀਂ ਅਕਸਰ ਮੈਂ ਦੇਖਦਾ ਰਹਿੰਦਾ ਤੁਹਾਡਾ, ਕਾਫੀ ਅਵਾਰਡ ਤੁਹਾਨੂੰ ਮਿਲਦੇ ਨੇ, ਸਾਨੂੰ ਵੀ ਬੜਾ ਅੱਛਾ ਲੱਗਦਾ ਕਿ ਚਲੋ ਸਾਡੀ ਭੈਣ ਦਾ ਨਾਂ ਬੜਾ ਪਾਪੂਲਰ ਹੋ ਰਿਹਾ। ਇਹ ਅਵਾਰਡ ਤੁਹਾਨੂੰ ਕਿਹੜੇ ਕਿਹੜੇ ਸੰਸਥਾਵਾਂ ਨੇ ਦਿੱਤਾ ਤੁਹਾਨੂੰ? ਮੈਨੂੰ ਲੋਕਲ ਭਾਸ਼ਾ ਵਿਭਾਗ ਤੋਂ ਲੈ ਕੇ ਨੈਸ਼ਨਲ ਅਵਾਰਡਸ ਵੀ ਨੇ, ਸਟੇਟ ਲੈਵਲ ਵੀ ਨੇ, ਉਸ ਤੋਂ ਬਾਅਦ ਮੇਰੇ ਅੰਤਰਰਾਸ਼ਟਰੀ ਅਵਾਰਡਸ ਵੀ ਨੇ, ਯਾਨੀ ਪਾਰਲੀਮੈਂਟਾਂ ਵਿੱਚ, ਹੋਰ ਮੁਲਕਾਂ ਦੀਆਂ ਦੇ ਵਿੱਚ ਵੀ ਨੇ, ਯੂਨਾਈਟਿਡ ਨੇਸ਼ਨਸ ਵਿੱਚ ਵੀ ਮੈਨੂੰ ਇੰਟਰਨੈਸ਼ਨਲ ਵੁਮਨ ਰਾਈਟ ਐਕਟਿਵਿਸਟ ਖਿਤਾਬ ਮਿਲਿਆ। ਮੈਨੂੰ 2012 ਦਾ ਵੁਮਨ ਆਫ ਦੀ ਈਅਰ ਅਵਾਰਡ ਵੀ ਮਿਲ ਚੁੱਕਿਆ ਹੋਇਆ UN, ਮਤਲਬ ਜਿਹੜੀ ਦੀ ਸੰਸਥਾ ਵੱਲੋਂ। ਸੋ ਇਸ ਤਰ੍ਹਾਂ ਦੇ, ਮਤਲਬ ਮੈਨੂੰ ਕੈਨੇਡਾ ਦੀ ਉੱਥੇ ਪਾਰਲੀਮੈਂਟ ਵਿੱਚ ਵੀ ਮੈਨੂੰ ਉੱਥੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ ਸੀ। ਇਸ ਤਰੀਕੇ ਦੇ ਅਵਾਰਡਸ ਰਾਈਟਿੰਗ ਵਿੱਚ ਵੀ ਨੇ, ਮੇਰੇ ਮੈਡੀਕਲ ਲਿਟਰੇਚਰ ਖੋਜ ਦੇ ਵਿੱਚ ਵੀ ਨੇ, ਰਿਸਰਚ ਪੇਪਰਸ ਜਿਸ 'ਚ ਮੈਨੂੰ ਫੈਲੋਸ਼ਿਪਸ ਇੰਟਰਨੈਸ਼ਨਲ ਵੀ ਮਿਲੀਆਂ ਨੇ, ਨੈਸ਼ਨਲ ਵੀ ਮਿਲੀਆਂ ਨੇ ਜੀ। ਸੋ ਇੱਕ ਤੁਹਾਡੇ ਨਾਲ ਹੋਰ ਵੀ ਗੱਲ ਕਰਨੀ ਹੈ, ਇੱਥੇ ਡਾਕਟਰ ਸਾਹਿਬ ਸਾਹਿਤ ਦੇ ਨਾਲ, ਡਾਕਟਰ ਦੇ ਨਾਲ ਨਾਲ ਇੱਕ ਸਮਾਜ ਸੇਵਕਾ ਵੀ ਨੇ ਇਹ, ਜਿਨ੍ਹਾਂ ਨੇ ਮੈਨੂੰ ਲੱਗਦਾ ਬਹੁਤ ਹੀ ਛੋਟੇ ਬੱਚਿਆਂ ਦੇ ਉੱਪਰ, ਬਹੁਤ ਉਹਨਾਂ ਦੇ ਬੱਚਿਆਂ ਦੀ, ਲੜਕੀਆਂ ਦੀ ਖਾਸ ਕਰਕੇ ਕਾਫੀ ਹੈਲਪ ਕਰੀ। ਡਾਕਟਰ ਸਾਹਿਬ ਉਹਦੇ ਬਾਰੇ ਥੋੜ੍ਹਾ ਸਾਨੂੰ ਦੱਸੋ ਕਿ ਮੈਂ ਸੁਣਦਾ ਥੋੜ੍ਹਾ ਬਹੁਤ ਸੀ, ਅੱਜ ਤੁਹਾਡੇ ਨਾਲ ਰੂਬਰੂ ਹੋ ਰਿਹਾ, ਉਹ ਤੁਹਾਡੇ ਮਨ 'ਚ ਕਿਸ ਤਰ੍ਹਾਂ ਆਇਆ ਕਿ ਵੀ ਮੈਂ ਬੱਚਿਆਂ, ਛੋਟੀ ਲੜਕੀਆਂ ਦੀ ਮੈਂ ਸੇਵਾ ਸੰਭਾਲ ਵਿੱਚ ਆਪਣਾ ਯੋਗਦਾਨ ਪਾਵਾਂ? ਅਸੀਂ ਸ਼ੁਰੂ ਤੋਂ ਹੀ, ਮੇਰਾ ਧਿਆਨ ਸੀ ਕਿ ਅਸੀਂ ਜਿਹੜੀਆਂ ਬੇਟੀਆਂ ਕੁੱਖ ਵਿੱਚ ਮਾਰੀਆਂ ਜਾਂਦੀਆਂ ਜਾਂ ਜੰਮਣ ਤੋਂ ਬਾਅਦ ਸੁੱਟ ਦਿੰਦੇ ਨੇ, ਕੋਈ ਕੁੱਤੇ ਪਾੜਦੇ ਨੇ, ਕੋਈ ਕਿਸ ਤਰੀਕੇ ਮਰਦੀਆਂ ਨੇ, ਉਹਨਾਂ ਖਿਲਾਫ ਅਸੀਂ ਆਵਾਜ਼ ਚੁੱਕੀ ਸੀ। ਸੋ ਉਸੇ ਤਰ੍ਹਾਂ ਜਦੋਂ ਜਾਗਰਤੀ ਕਿਸ ਲਿਆਉਣ ਲਈ, ਅਵੇਅਰਨੈਸ ਲਈ ਅਸੀਂ ਵੱਖੋ ਵੱਖਰੇ ਪਿੰਡਾਂ 'ਚ ਜਾਂਦੇ ਸਾਂ, ਸੱਥਾਂ 'ਚ ਜਾਂਦੇ ਸਾਂ, ਸਕੂਲਾਂ 'ਚ, ਕਾਲਜਾਂ 'ਚ, ਤਾਂ ਉਦੋਂ ਹੀ ਇੱਕ ਬਜ਼ੁਰਗ ਸਨ ਜਿਨ੍ਹਾਂ ਨੇ ਮੈਨੂੰ ਲਾਹਨਤ ਹੀ ਪਾਈ ਸੀ ਕਿ ਅੱਛਾ ਜੰਮ ਤਾਂ ਲਈਏ, ਮੇਰੀਆਂ 3 ਧੀਆਂ ਨੇ ਜਿਨ੍ਹਾਂ 'ਚੋਂ ਪਹਿਲੀ ਦਾਜ ਦੀ ਖਾਤਰ ਸਾੜ ਦਿੱਤੀ ਗਈ, ਦੂਜੀ ਦੇ ਕੁੱਖੋਂ ਕੁੜੀ ਜੰਮੀ ਹੈ, ਉਹ ਮੇਰੇ ਘਰ ਸੁੱਟ ਦਿੱਤੀ ਗਈ, ਮੇਰੇ ਕੋਲ ਹੀ ਹੈ, ਅਤੇ ਤੀਜੀ ਅਜੇ ਅਣਵਿਆਹੀ ਹੈ, ਅਤੇ ਮੈਂ ਵੀ ਇਹਨੂੰ ਕਿਸ ਕਾਰਨ ਇਹਦੇ 'ਤੇ ਕੁਛ ਖਰਚਾ ਕਰਕੇ ਜਾਂ ਕਿਵੇਂ ਇਹਨੂੰ ਪਾਲੀਏ ਜਾਂ ਕਿਉਂ ਇਹਨੂੰ ਮੈਂ ਵਿਆਹਾਂ, ਕਿਸ ਕਰਕੇ ਜੰਮਣਾ ਚਾਹੀਦਾ ਸੀ ਜੀ। ਸੋ ਉਹ ਪਹਿਲੀ ਬੇਟੀ ਸੀ ਜਿਹਦੇ ਅਸੀਂ ਪੜ੍ਹਾਈ ਦਾ ਖਰਚਾ ਫਿਰ ਚੁੱਕਿਆ ਕਿ ਨਹੀਂ ਤੁਸੀਂ ਇਸ ਤਰ੍ਹਾਂ ਦੀ ਸੋਚ ਨਾ ਪਾਲੋ। ਸੋ ਉਦੋਂ ਸਮਝ ਆਇਆ ਕਿ ਅਸੀਂ ਕਹਿ ਤਾਂ ਰਹੇ ਹਾਂ ਕਿ ਬੇਟੀਆਂ ਜੰਮੋ, ਹਾਲਾਂਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਸੁਰੱਖਿਆ ਹੋਵੇ, ਸੁਰੱਖਿਅਤ ਮਾਹੌਲ ਮਿਲੇ, ਜਾਂ ਉਹਨਾਂ ਦੀ ਪੜ੍ਹਾਈ ਦਾ ਟੋਟਲ ਫ੍ਰੀ ਜਿਵੇਂ ਹੁੰਦਾ ਉਸ ਤਰ੍ਹਾਂ ਹੋਵੇ ਸਾਰਾ ਕੁਛ। ਪਰ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਨਜ਼ਰੀ ਪੈ ਰਹੀਆਂ ਸਨ, ਜਿਹੜੀਆਂ ਲੋੜਵੰਦ ਸਨ, ਜਿਨ੍ਹਾਂ 'ਤੇ ਕੋਈ ਪਹੁੰਚ ਨਹੀਂ ਸੀ ਕਿਤੇ, ਇਹੋ ਜਿਹੀਆਂ ਅਸੀਂ 2 ਬੇਟੀਆਂ ਤੋਂ ਸ਼ੁਰੂ ਕੀਤਾ, ਫਿਰ ਹੌਲੀ ਹੌਲੀ 8 ਹੋਈਆਂ। ਇਸ ਤੋਂ ਵੱਧ ਸਾਡੀ ਗੁੰਜਾਇਸ਼ ਨਹੀਂ ਸੀ, ਸਰਕਾਰੀ ਨੌਕਰੀ 'ਚ ਕਿੰਨੀਆਂ ਕੁ ਪੜ੍ਹਾਉਂਦੇ। ਪਰ ਮੈਨੂੰ ਨਿਊਜ਼ੀਲੈਂਡ ਜਾਣ ਦਾ ਮੌਕਾ ਮਿਲਿਆ ਸੀ, ਉੱਥੇ ਸੀ ਲੈਕਚਰ, ਉੱਥੇ ਫਿਰ ਮੈਨੂੰ ਉਹਨਾਂ ਨੇ ਪ੍ਰੋਤਸਾਹਿਤ ਕੀਤਾ ਕਿ ਤੁਸੀਂ ਟਰੱਸਟ ਬਣਾਓ ਅਤੇ ਪੜ੍ਹਾਓ ਅਤੇ ਲੋਕ ਜ਼ਰੂਰ ਮਦਦ ਕਰਨਗੇ ਜੀ। ਟਰੱਸਟ ਤਾਂ ਅਸੀਂ ਬਣਾ ਲਈ, ਪਰ ਕਿਸੇ ਵੱਲੋਂ ਕੋਈ ਪੈਸਾ ਨਹੀਂ ਆਇਆ। ਸੋ ਅਸੀਂ 8 ਤੱਕ ਹੀ ਅੜੇ ਰਹੇ। ਮੇਰੇ ਹੀ ਕਲਾਸ ਫੈਲੋ ਸਨ ਡਾਕਟਰ ਉਹ ਅਮੈਰੀਕਾ ਵਿੱਚ, ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਬਿਨਾਂ ਹੀ ਇੱਕ ਵੀ ਵਾਰ ਪੁੱਛਿਆ ਫਟਾਫਟ ਭੇਜ ਦਿੱਤੇ ਲਓ। ਸੋ ਉਹ ਅਸੀਂ 10 ਬੇਟੀਆਂ ਹੋਈਆਂ, ਹੌਲੀ ਹੌਲੀ 14-18, ਫਿਰ ਹੋਰ ਜਿਵੇਂ ਉਹਨੇ ਆਪਣੇ, ਉਹਨਾਂ ਨੇ ਗੱਲ ਕੀਤੀ ਕਿਸੇ ਨੂੰ ਇਸ ਤਰ੍ਹਾਂ, ਫਿਰ ਇੱਕ ਬਜ਼ੁਰਗ ਸਨ, ਉਹਨਾਂ ਨੇ ਆਪਣੀ ਪੈਨਸ਼ਨ ਦੇ ਜਿਹੜੇ ਭੇਜ ਦਿੱਤੇ ਕਰਦੇ ਕਰਾਉਂਦੇ। ਅੱਜ 400 ਅਤੇ 41 ਹੋ ਗਈਆਂ ਨੇ ਬੇਟੀਆਂ ਜਿਨ੍ਹਾਂ ਦੀ ਅਸੀਂ
यानी आपो अपने थावां ते पढ़दियां ने जिन्हां दे पिता खुदकुशी कर गए ने या जिन्हां दे दोनों मापे नहीं रहे, कोई बीमारी कैंसर नाल गया, कोई सड़क हादसे च, कोई भी होर कमाई का साधन नहीं, वह बेटियां या तो माँ नाल ने या फिर दादी या नानी नाल, कोई भूआ नाल, इस तरह उन्हां दी जिथे भी वह रह रही ने उन्हां दी स्कूली पढ़ाई का खर्चा हर महीने का साड़ी ट्रस्ट डॉक्टर हर्ष चैरिटेबल ट्रस्ट उहदे राहीं जा रहा। डॉक्टर साहब, थोड़ा पिछले करोना वायरस चलिया सीगा उहदे विच काफ़ी तुसी थोड़े बयान नहीं मैं कह सकता, हो थोड़े एक अवेयरनैस का तुसी एक चक्या सीगा हो, लेकिन उस लोगों को काफ़ी मदद मिली है, वो थोड़े च किदां हौसला आया कि मैं लोगों को समझावां भी करोना वायरस है कुछ नहीं, लेकिन वो किदां फाइट किदां करनी है? क्योंकि मैं आप उहदे विच सां, दिन रात उत्थे असी खड़े हुंदे सी, यकीन मन्नो कि तुसी ना बिजली ना पखा ना कुछ, तो तुसी कई बार तो उपरों थले तक प्लास्टिक दे विच रैप होए होए, जदे कई बार बाहर आना ना बूट विचों मतलब पानी इंज निचड़दा निकलदा सी जिवें तुसी पानी चों निकल के आए हो, ना पीण सकदे हो तुसी, ना खा सकदे हो, लगातार घंटियां बद्धी जदों अंदर तुसी हुंदे सी। मैं अपने अखी देखिया कि कुछ जिन्हां नूं बीमारी उन्नी नहीं सी, भै दे नाल मैं देखिया जिवें असी देख के अगे जांदे सां ते ओह कुछ भी नहीं सी हुंदा, डर दे मारे सहम ओह एकदम हार्ट अटैक नाल जिवें उन्हां मर जांदे सन, सकिंटां च तुर जांदे सन। सो मैनू लग्या कि मेरे कोल हुण होर कोई जरिया नहीं कि मैं इत्थे 10 नूं 100 नूं किन्नियां नूं पहुँच कर सकदी हाँ, पर जिथे दुनिया के हर कोने चों कई फोन आने के तुसीं बाकी भी चीज़ां बारे दस दिओ, असी बचांगे कि नहीं, इत्थों तक कि एक माँ दा आया कि असी, मैं तो मुंडे नूं मूँह अंदर भी नप के रखदी हाँ, खिड़की दरवाज़ा भी नहीं, असी किराए ते हाँ, असी खाधा ही नहीं 5 दिन दे भुखे बैठे हाँ, भी बाहर नहीं निकल रहे जी। यानी वह इन्ने भै दे विच लोग सन कि मैनू लग्या जे मैं अवेयरनैस किसी नूं दे सकां या किसी नूं समझा सकां कि इन्ना नहीं डरो। सो मैं एक सीरीज़ शुरू की कि सब नूं धन्नवाद तुहाडा सब दा, क्योंकि जे मैं, मेरा अपना कोई मीडिया नहीं, पर मैं जिन्हों भी गल की वो सारे कहिंदे आओ जी असीं तुहाडी इह गल पहुँचावांगे लोकां तक जी। सो वो सारियां जो असीं वीडियोज़ शुरू कीतियां उस ते तुसीं मन्नोगे नहीं कि मैनूं लगदा कोई 450 दे करीब तो मैनूं उत्थों फोन ही आए, लखां ने देखी वो मुड़ के कि जी असी तो बिल्कुल ढह ढेरी होए पे सी, पर तुहाडी तो बाद सानू हिम्मत होई असी खड़े हाँ। अज भी कई कोई फार्मासिस्ट कोई होर जड़े मिल जाण वो भज के आ जाते हैं बाजार च, मिले असी तुहाडी वीडियो सुनी सी, सानू कोविड होया सी, असी बच गए हाँ तुहाडे सदका, असी बड़ा अपने आप नू खड़ा कर सके। सो मैनू लग्या कि चलो शुक्र है जिंदगी अज है कल नहीं, कोई पता ही नहीं सानू एक पल दी है, ते उहदे विच जे असी किसे नू कोई राह दिखा सकीए या राह दसेरा बन सकना, किसी की जिंदगी बचा सकना, इस तो वड्डी की चीज़ कोई कर सकता है। वेरी गुड। एक हुण आपां नवें सुन रहे 2-4 दिन तो लगातार कि करोना दे फिर कुछ केस आ रहे ने, ये सही है जां कुछ जिवें अज चंडीगढ़ च भी सीगे, हरियाणा च 600-700 आ गया, चंडीगढ़ च भी काफ़ी वध रहे ने एज प्रेजेंट? देखो ये आम जिवें मैं पहला भी कहा सी खंघ जुकाम दा है ये काम जी। सो कोशिश असी इहो करिए कि असी सफाई रखिए, बहुत भीड़ है जिथे उत्थे आपां मास्क पा सकते हुंने आ भी इत्थों बचा रख सकीए, पर अदरवाइज़ खंघ जुकाम इहनूं टेंशन ना लईए ते आपां ये आएगा चला भी जाएगा। पर जिन्हां नूं कोई बीमारी पहला होवे, मिसाल वजों कैंसर दे कोई पेशेंट होण, स्टीरॉयड्स ते होण, इम्यूनिटी घटी होवे, कोई जिगर दी काफ़ी खराबी है, किडनी ट्रांसप्लांट होया होया, या कोई इस तरह की जिहड़ी बीमारी है जिन्हां नूं सीरियस ने, उन्हां नूं असल च क्योंकि पहले ही इम्यूनिटी डाउन हुंदी है तो करोना की कोई भी निक्की मोटी इन्फेक्शन भी काफ़ी सिवियर हो सकती है। सो उन्हां नूं थोड़ा जिहा ध्यान रखण की लोड़ है। बाकी आम देखो ना हर साल खंघ जुकाम सब नूं हुंदा ही है ते आपां ठीक हो जाने, कोई दवाइयां की बिल्कुल लोड़ नहीं है। सिंपल परहेज़ करो, खुराक संतुलित रखो, कसरत रोजाना जरूर करो, बहुत जे इन्ने च ठीक हो जाए। ठीक है, अजकल चल रही है मोंकी पॉक्स की जी आ रही है, ये कि कहते बहुत डेंजरस है जी, कि स्कूल भी शायद लगता बंद करने की पहुंचे ने लोग जी। उदे विच असल च जो ये भी वायरस है, तुसी हैरान हो गए, नाम मोंकी पॉक्स है पर हुंदी चूहे तो है।
ਸੋ ਕਿਉਂਕਿ ਉਹ ਪਹਿਲੀ ਵਾਰ ਬਾਂਦਰਾਂ ਦੇ ਵਿੱਚ ਉਹਨਾਂ ਨੇ ਇਹ ਦੇਖਿਆ ਹੁੰਦਾ ਤਾਂ ਉਹਦੇ ਨਾਲ ਸਨ ਚੂਹੇ, ਸੋ ਉੱਥੋਂ ਇਹ ਨਾਮ ਪੈ ਗਿਆ, ਪਰ ਅਸਲ ਉਹਨਾਂ ਤੋਂ ਹੋ ਰਹੀ ਹੈ। ਹੁਣ ਇਹ ਵੀ ਇੱਕ ਤਰੀਕੇ ਦੀ ਵਾਇਰਸ ਹੀ ਹੈ ਜਿਹੜੀ ਅਸਲ ਵਿੱਚ ਇਹ ਹੁੰਦੀ ਜ਼ਿਆਦਾ ਉਹਨਾਂ ਨੂੰ ਦੇਖੀ ਗਈ ਹੈ ਜਿਹੜੇ ਮਲਟੀਪਲ ਸੈਕਸ ਪਾਰਟਨਰਸ ਰੱਖਦੇ ਹੋਣ, ਯਾਨੀ ਜ਼ਿਆਦਾ ਉਹਨਾਂ 'ਚ ਹੁੰਦੀ ਜੇ, ਪਰ ਉੱਥੋਂ ਅੱਗੇ ਫਿਰ ਵਾਇਰਸ ਤੁਰ ਕੇ ਨੈਚੁਰਲੀ ਤੁਹਾਨੂੰ ਫੜ ਸਕਦੀ ਹੈ। ਪਰ ਬਹੁਤੇ ਸ਼ਿਕਾਰ ਉਹੀ ਹੁੰਦੇ ਨੇ ਜਿਹੜੇ ਇਹ ਯਾਨੀ ਸਰੀਰਕ ਸੰਬੰਧ ਕਾਫੀ ਜਣਿਆਂ ਨਾਲ ਰੱਖਦੇ ਹੋਣ, ਉਹਨਾਂ ਨਾਲ ਉਹਨਾਂ ਵਿੱਚ ਵੱਧ ਦੇਖੀ ਗਈ ਹੈ। ਸੋ ਹੁੰਦੀਆਂ ਨੇ, ਬਿਮਾਰੀਆਂ ਚਲੀਆਂ ਜਾਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਜੇ ਆਪਾਂ ਆਪਣਾ ਜੀਵਨ ਵਿਹਾਰ ਠੀਕ ਰੱਖੀਏ, ਸੰਤੁਲਿਤ ਖੁਰਾਕ ਖਾਂਦੇ ਰਹੀਏ, ਅਤੇ ਇੱਕ ਸ਼ੁਕਰਾਨਾ ਸਿੱਖ ਲਈਏ ਨਾ ਕਰਨਾ, ਸੱਚ ਜਾਣਿਓ ਅਸੀਂ 90% ਬਿਮਾਰੀਆਂ ਤੋਂ ਬਚ ਸਕਦੇ ਹਾਂ। ਬਸ ਇੱਕ ਇਹੀ ਸਾਨੂੰ ਕਰਨਾ ਨਹੀਂ ਆਉਂਦਾ, ਅਸੀਂ ਹੋਰ ਦੀ ਹੋੜ 'ਚ ਜਿਹੜਾ ਦੌੜ ਲਾਉਂਦੇ ਹਾਂ ਨਾ, ਉਹ ਤਣਾਓ ਅਤੇ ਉਹੀ ਸਾਰਾ ਬਿਮਾਰੀਆਂ ਦਾ ਸਾਡੇ ਅੰਦਰ ਅਸਲ 'ਚ ਉਹੀ ਹੈਗਾ ਜੇ। ਸੋ ਸਿਰਫ ਇੱਕ ਅਸੀਂ ਕਹੀਏ ਵੀ ਠੀਕ ਹੈ, ਇਹ ਜੋ ਕੁਛ ਅਸੀਂ ਹਾਸਲ ਕਰ ਲਿਆ, ਤੁਸੀਂ ਆਪਣੇ ਬਚਪਨ ਵਿੱਚ ਦੱਸੋ, ਸੋਚਿਆ ਸੀ ਕਦੇ ਇੰਨੇ ਨਾਮਵਰ ਤੁਸੀਂ ਇੱਕ ਪੱਤਰਕਾਰ ਵਜੋਂ ਜਾਂ ਇੱਕ ਲਿਖਾਰੀ ਵਜੋਂ ਇਸ ਤਰ੍ਹਾਂ ਤੁਸੀਂ ਉੱਭਰ ਕੇ ਸਾਹਮਣੇ ਆ ਸਕਦੇ ਹੋ, ਪਰ ਅਸੀਂ ਉਹ ਕਿੰਨੀ ਵਾਰ ਉਸ ਖੁਸ਼ੀ ਨੂੰ ਮਹਿਸੂਸ ਕੀਤਾ ਜਾਂ ਇੰਜੋਏ ਕੀਤਾ ਕਿ ਆਹ ਵੀ ਮੈਂ ਸੋਚਿਆ ਨਹੀਂ ਸੀ, ਮੈਨੂੰ ਹਾਸਲ ਹੋ ਗਿਆ। ਯਾਨੀ ਇਹ ਚੀਜ਼ ਜੇ ਅਸੀਂ ਅੱਜ ਸੋਚ ਕੇ ਉਹਦੇ 'ਤੇ ਜ਼ਿੰਦਗੀ ਜੀ ਲਈਏ, ਇਹ ਬਿਮਾਰੀਆਂ ਨਿੱਕੀਆਂ ਮੋਟੀਆਂ ਨੇੜੇ ਫਟਕਦੀਆਂ ਵੀ ਨਹੀਂ। ਜੀ ਬਿਲਕੁਲ। ਇੱਕ ਡਾਕਟਰ ਸਾਹਿਬ, ਜਾਂਦੇ ਜਾਂਦੇ ਦੱਸੋ ਕਿ ਆਪਣੇ ਹੁਣ ਜਿਵੇਂ ਅਸੀਂ ਆਪਣੇ ਇਸ ਟਾਈਮ ਜੋਬ ਰਜਿੰਦਰ ਹਸਪਤਾਲ ਚੱਲ ਰਹੀ ਤੁਹਾਡੀ ਜੀ, ਬੱਚਿਆਂ ਦੇ ਡਿਪਾਰਟਮੈਂਟ 'ਚ ਜੀ, ਕਿੰਨੇ ਸਾਲ ਰਹਿ ਗਏ ਆਪਣੇ? 3 ਸਾਲ। 3 ਸਾਲ ਕੀ, 3 ਸਾਲ ਤੋਂ ਬਾਅਦ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਕੀ ਤੁਹਾਡਾ ਟਾਰਗੇਟ ਕੀ ਹੋਊਗਾ ਕਿ ਵੀ ਮੈਂ ਰਿਟਾਇਰ ਹੋ ਗਈ, ਮੈਂ ਹੁਣ ਮੈਂ ਮੇਰਾ ਆਹ ਟਰੈਕ ਆ ਹੁਣ? ਦੇਖੋ, ਮੈਂ ਜ਼ਿੰਦਗੀ ਦੇ ਫੈਸਲੇ ਕਦੇ ਅਗਾਉਂ ਲੈਂਦੀ ਨਹੀਂ ਜੀ। ਮੈਂ ਕਦੇ ਸੋਚਿਆ ਨਹੀਂ ਸੀ ਮੈਂ ਲਿਖਾਂਗੀ, ਬਿਲਕੁਲ ਨਹੀਂ ਸੀ ਸੋਚਿਆ। ਸੋ ਇਸ ਪਾਸੇ ਆਈ, ਕਿਤਾਬਾਂ 44 ਮੇਰੇ ਤਾਂ ਸੁਪਨਿਆਂ ਤੋਂ ਵੀ ਬਾਹਰ ਨੇ, ਅੱਜ ਵੀ ਇੰਨਾ ਕੁ ਮੇਰੀਆਂ ਲਿਖੀਆਂ ਹੋਈਆਂ ਵੀ ਮੈਂ ਖੜ੍ਹੇ ਖੜੋਤੇ 20 ਕਿਤਾਬਾਂ ਹੋਰ ਕੱਢ ਸਕਦੀ ਹਾਂ, ਮੈਂ ਇੰਨੇ ਲੇਖ ਲਿਖੇ ਹੋਏ ਨੇ। ਸੋ ਇਹ ਚੀਜ਼ ਜਿਵੇਂ ਜ਼ਿੰਦਗੀ ਆਉਂਦੀ ਹੈ, ਪਤਾ ਨਹੀਂ ਕੱਲ੍ਹ ਨੂੰ ਕੋਈ ਮਾੜੀ ਬਿਮਾਰੀ, ਕੋਈ ਚੰਗੀ ਬਿਮਾਰੀ, ਕੋਈ ਸਾਡੇ ਤਾਂ ਹਾਲ ਇਹ ਹੈ, ਤੁਰਦਾ ਫਿਰਦਾ ਬੰਦਾ ਫਿਸਲਦਾ ਅਤੇ ਸਿਰ ਦੀ ਸੱਟ ਨਾਲ ਤੁਰ ਜਾਂਦਾ। ਸੋ ਇਹੋ ਜਿਹੇ ਮਾਹੌਲ ਵਿੱਚ ਮੇਰਾ ਤਾਂ ਅਖੀਰੀ ਸਾਹ ਤੱਕ 2 ਹੀ ਜੰਗਾਂ ਮੈਂ ਵਿੱਢਣੀਆਂ ਨੇ। ਪਹਿਲਾ ਕਿ ਮੈਨੂੰ ਬਹੁਤ ਕਿਹਾ ਗਿਆ ਕਿ ਇਹ ਅਨਪੜ੍ਹ ਏ, ਉਜਾਡੇ, ਇਹ ਪੰਜਾਬੀ ਜ਼ਬਾਨ 'ਚ ਗੱਲ ਕਰਦੀ ਹੈ। ਸੋ ਮੇਰਾ ਸੁਨੇਹਾ ਤਾਂ ਹਮੇਸ਼ਾ ਇਹ ਰਹਿਣਾ ਹੀ ਰਹਿਣਾ ਕਿ ਜੇ ਮਾਂ ਬੋਲੀ ਨੂੰ ਅਸੀਂ ਆਪਣੀ ਛਾਤੀ ਨਾਲ ਲਾ ਲਈਏ ਨਾ, ਯਕੀਨਨ ਇਹ ਤੁਹਾਨੂੰ ਇੰਨੀ ਉਚਾਈ ਤੱਕ ਲੈ ਜਾਂਦੀ ਹੈ ਜਿਹਦਾ ਅੰਦਾਜ਼ਾ ਵੀ ਨਹੀਂ ਹੁੰਦਾ। ਅਸੀਂ ਅੰਗਰੇਜ਼ ਬਣਨ ਦੀ ਹੋੜ ਵਿੱਚ ਇਸ ਵੇਲੇ ਤੁਰੇ ਹੋਏ ਹਾਂ। ਸੋ ਮੇਰਾ ਇਹ ਤਾਂ ਜ਼ਰੂਰ, ਮੇਰਾ ਜੰਗ ਜਾਰੀ ਰਹਿਣੀ ਹੈ ਕਿ ਅਸੀਂ ਆਪਣੀ ਜ਼ਬਾਨ ਸਾਂਭ ਲਈਏ, ਅਸੀਂ ਆਪਣਾ ਇਤਿਹਾਸ ਸਾਂਭ ਲਈਏ। ਸਾਡਾ ਸੱਭਿਆਚਾਰ ਬਹੁਤ ਬੇਸ਼ਕੀਮਤੀ ਹੈ। ਸੋ ਜੇ ਅਸੀਂ ਅਗਲੀ ਪੀੜ੍ਹੀ ਤਾਈਂ ਇਹ ਗੱਲ ਪਹੁੰਚਾ ਸਕੀਏ, ਅਸੀਂ ਅਨਪੜ੍ਹ ਨਹੀਂ, ਵੀ ਮੇਰੇ ਵਰਗੀ ਜਿਹਨੂੰ ਜੱਡ ਕਹਿੰਦੇ ਹੋ, ਜੇ UN ਵਿੱਚ ਪੰਜਾਬੀ ਬੋਲ ਕੇ ਆ ਸਕੀ ਸੀ, ਅਤੇ ਮੈਨੂੰ ਉਸ ਇੱਕ ਰਾਤ ਵਿੱਚ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਪੰਜਾਬੀ, ਉਹ ਆਇਰਲੈਂਡ 'ਚ ਬੈਠਾ ਕਿ ਅਫਰੀਕਾ 'ਚ ਬੈਠਾ, ਮੈਨੂੰ ਫੋਨ ਕਰ ਸਕਦਾ, ਸਾਨੂੰ ਖੁਸ਼ੀ ਹੋਈ, ਤੂੰ ਸਾਡੀ ਭੈਣ ਹੈ। ਤਾਂ ਇਹ ਰਿਸ਼ਤੇ ਸਾਡੀ ਜ਼ਬਾਨ ਗੰਢਦੀ ਹੈ। ਬਸ ਮੈਂ ਇਹ ਸੁਣਿਆ ਅਖੀਰੀ ਸਾਹ ਤੱਕ ਦੇਣਾ, ਅਤੇ ਦੂਜਾ ਸੁਨੇਹਾ ਜ਼ਰੂਰ ਇਹ ਦੇਣਾ, ਭਾਈ ਕੁੱਖ ਵਿੱਚ ਤੀਆਂ ਨਾ ਮਾਰੋ, ਕਿਉਂਕਿ ਜੇ ਸਾਡੀ ਪੰਜਾਬੀ ਪੁਣਾ ਸਾਂਭਣਾ, ਜੇ ਅਸੀਂ ਆਪਣਾ ਯਾਨੀ ਪੰਜਾਬੀਆਂ ਨੇ ਆਪਣਾ ਪਿਛੋਕੜ ਸਾਂਭਣਾ, ਤਾਂ ਭਾਈ ਉਹ ਕੁੱਖਾਂ ਖਤਮ ਕਰਕੇ ਨਹੀਂ ਜੇ ਸੰਭਲਣਾ। ਸੋ ਇਹ ਧੀਆਂ ਕੁੱਖ ਵਿੱਚ ਮਾਰਨੀਆਂ ਤਾਂ ਬੰਦ ਜ਼ਰੂਰ ਕਰਨੀਆਂ ਪੈਣੀਆਂ। ਅਤੇ ਬੜੀ ਵਾਰ ਲੋਕ ਪੁੱਛਦੇ ਨੇ ਤੇਰੀ ਕੋਈ ਆਖਰੀ ਤਮੰਨਾ, ਮੈਂ ਕਿਹਾ ਜੀ ਇੱਕੋ ਹੀ ਹੈ, ਮੈਂ ਜਦੋਂ ਅੱਖਾਂ ਮੀਟਾਂ ਨਾ ਘੱਟੋ ਘੱਟ 5 ਬੇਟੀਆਂ ਖੜੀਆਂ ਹੋਣ ਇਹੀ ਮਿਸਾਲ ਲੈ ਕੇ ਤੁਰਨ ਨੂੰ, ਧੀਆਂ ਨਹੀਂ ਮਾਰਨੀਆਂ। ਵੈਰੀ ਗੁੱਡ, ਵੈਰੀ ਗੁੱਡ। ਸੋ ਇਹ ਸਨ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਡਾਕਟਰ ਸਾਹਿਬ ਨਾ ਕੋ ਭੈਣ ਕਿਹਾ ਹੋਇਆ ਤਾਂ ਫਿਰ ਹੋਈ, ਭੈਣ ਦੇ ਤੌਰ 'ਤੇ ਮੈਂ ਜ਼ਰੂਰ ਕਹਾਂਗਾ, ਤੁਸੀਂ ਸਮਾਂ ਦਿੱਤਾ ਸਾਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ।